ਗੱਲ ਜੀ ਸਾਰਿਆਂ ਨੂੰ, ਮੈਂ ਤੁਹਾਡਾ ਰਣਜੀਤ ਸਿੰਘ ਢਿੱਲੋਂ, ਤੁਸੀਂ ਦੇਖ ਰਹੇ ਹੋ ਸਾਡਾ ਯੂਟਿਊਬ ਚੈਨਲ। ਸਬਸਕ੍ਰਾਈਬ ਕਰੋ ਅਤੇ ਨਾਲ ਹੀ ਆਈਕਨ ਬੈਲ ਬਟਨ ਨੂੰ ਦਬਾਓ ਤਾਂ ਕਿ ਸਾਡੀਆਂ ਸਾਰੀਆਂ ਆਉਣ ਵਾਲੀਆਂ ਵੀਡੀਓਜ਼ ਤੁਹਾਡੇ ਤੱਕ ਪਹੁੰਚ ਸਕਣ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਤੁਹਾਡਾ ਰਣਜੀਤ ਸਿੰਘ ਢਿੱਲੋਂ ਅਤੇ ਅੱਜ ਅਸੀਂ ਆਪਣੇ ਇੱਕ ਹੋਰ ਸਟੂਡੈਂਟ ਦੇ ਨਾਲ ਜਿਹੜੇ ਅੱਜ ਹੀ ਪਾਸ ਹੋਏ ਨੇ ਫੋਂਦੀ ਤੋਂ, ਅਤੇ ਕਾਫੀ ਵਧੀਆ ਸਟੂਡੈਂਟਸ ਰਹੇ ਸਾਡੇ ਉਹ, ਅਤੇ ਬੜੀ ਵਧੀਆ ਤਰੀਕੇ ਦੇ ਨਾਲ ਉਹਨਾਂ ਸਟੱਡੀ ਕੀਤੀ ਆ, ਸੇਰਿਆਂ 'ਚ ਕੰਮ ਕਰਦੇ ਨੇ ਵੀਰ, ਅਤੇ ਕਾਫੀ ਸਟਰਗਲ ਕੀਤਾ ਉਹਨਾਂ ਨੇ ਲਾਇਸੈਂਸ ਦੇ ਵਾਸਤੇ, ਅਤੇ ਅੱਜ ਉਹਨਾਂ ਲਈ ਬੜੀ ਹੀ ਖੁਸ਼ੀ ਆ ਅਤੇ ਬਹੁਤ ਹੀ ਵਧੀਆ ਦਿਨ ਸੀਗਾ ਕਿ ਅੱਜ ਉਹ ਪਾਸ ਹੋਏ ਤੇ ਉਹਨਾਂ ਦੇ ਫਾਈਲ ਦੇ ਉੱਪਰ ਹੀ ਦੋਨੀ ਲਿਖਿਆ ਆਇਆ ਹੈ, ਦੇਖੋ ਸਾਰੇ ਜਣੇ, ਅਤੇ ਅਸੀਂ ਉਹਨਾਂ ਨਾਲ ਬੁਲਾਉਂਦੇ ਹਾਂ ਤੁਹਾਨੂੰ ਵੀ, ਉਹਨਾਂ ਨੂੰ ਨੀਟਾ ਇਟਾਲੀਅਨ ਡਰਾਈਵਿੰਗ ਲਾਇਸੈਂਸ ਤੋਂ, ਅਤੇ ਪਲੱਸ ਜਿਹੜੀ ਸਾਡੀ ਵੈਬਸਾਈਟ ਤੇ ਅਸੀਂ ਸਾਰੇ ਇਟਲੀ ਦੇ ਵਿੱਚ ਸਾਰੇ ਯੂਰਪ ਵਿੱਚ ਲਾਇਸੈਂਸ ਕਰਾ ਰਹੇ ਹਾਂ, ਉਹਨਾਂ ਨੂੰ ਸਟੱਡੀ ਲੈ ਕੇ ਤੇ ਕਲਾਸਾਂ ਲਗਾ ਕੇ ਕਿੱਦਾਂ ਦਾ ਮਤਲਬ ਉਹਨਾਂ ਨੂੰ ਫਾਇਦਾ, ਕਿੰਨਾ ਕੁ ਫਾਇਦਾ ਮਿਲਿਆ ਇਸ ਚੀਜ਼ ਦਾ। ਮਨਿੰਦਰ ਭਾਈ ਦੱਸੋ ਥੋੜ੍ਹਾ ਜਿਹਾ, ਸਾਰੇ ਜਿਹੜੇ ਤੁਹਾਨੂੰ ਵੇਖ ਰਹੇ ਨੇ। ਵੀਰ ਜੀ ਉਹਨਾਂ ਦਾ ਪੜ੍ਹਾਉਣ ਦਾ ਤਰੀਕਾ ਬਹੁਤ ਵਧੀਆ, ਰਾਣੀ ਵੀਰ ਜੀ ਨੇ ਪੜ੍ਹਾਇਆ ਇਹਨਾਂ ਦੇ ਕੋਲ ਆਉਂਦੇ ਰਹੇ, ਸਾਡੇ ਤੋਂ ਕਲਾਸਾਂ ਵੀ ਬਹੁਤ ਮਿਸ ਹੋਈਆਂ ਕਿਉਂਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਕੰਮ ਇੱਥੇ ਬਹੁਤ ਜ਼ਿਆਦਾ ਵਾ, ਸੇਰਿਆਂ ਦੇ ਅੰਦਰ ਮੈਂ ਆਪਣੇ ਵੀ ਕੰਮ ਕਰਦਾ, ਮਾਲਕ ਦੇ ਵੀ ਕਰਦਾ ਵਾਂ, ਕਲਾਸਾਂ ਕਾਫੀ ਮਿਸ ਹੋਈਆਂ। ਜੋ ਇਹਨਾਂ ਦੀ ਵੈਬਸਾਈਟ ਹੈ ਨੀਟਾ ਡਰਾਈਵਿੰਗ ਲਾਇਸੈਂਸ, ਉਹਦੇ ਨੇ ਬਹੁਤ ਜ਼ਿਆਦਾ ਮੈਨੂੰ ਫਾਇਦਾ ਦਿੱਤਾ, ਉਤੋਂ ਘਰੇ ਬੈਠ ਕੇ ਵੀ ਆਪਾਂ ਪੜ੍ਹ ਸਕਦੇ। ਮੈਂ ਇਹ ਕਹਿੰਦਾ ਕਿ ਜਿਹੜੇ ਵੀਰ ਕਹਿੰਦੇ ਨੇ ਕਿ ਸਾਡੇ ਤੋਂ ਟਾਈਮ ਨਹੀਂ ਹੈਗਾ ਸਕੂਲ ਆਉਣ ਦਾ, ਉਹ ਜੇ ਨਹੀਂ ਸਕੂਲ ਆ ਸਕਦੇ ਉਹ ਆਪਣਾ ਘਰੇ ਬੈਠ ਕੇ ਵੀ ਲਾਇਸੈਂਸ ਕਰ ਸਕਦੇ ਨੇ। ਤੇ ਭਾਜੀ ਕੀ ਪ੍ਰੋਬਲਮ ਆਈ ਅੱਜ ਤੁਹਾਨੂੰ, ਮਤਲਬ ਉੱਥੇ ਜਦੋਂ ਤੁਹਾਡਾ ਸਕੇਲ ਆ ਗਿਆ ਪਿੱਛੇ ਕੀ ਹੋ ਰਿਹਾ ਸੀ, ਕੀ ਹੋਇਆ ਸੀ ਨਾ? ਸਕੇਲ ਦਾ ਵੀ ਜੀ ਇੱਕ ਵਾਰੀ ਸਾਰਾ ਮਤਲਬ ਕਿ ਬੈਗ ਚਲੇ ਗਿਆ ਹੈ, ਓਕੇ ਜੀ, ਫਿਰ ਮੁੜ ਕੇ ਬਾਅਦ ਦੇ ਵਿੱਚ ਥੋੜ੍ਹਾ ਸੈਟਿੰਗ ਕਰਕੇ ਫਿਰ ਅੱਛਾ ਕੀਤਾ, 10 ਕੁ ਸਵਾਲ ਰਹਿ ਗਏ, ਉਹ ਅੱਛਾ, ਬਾਅਦ ਦੇ ਵਿੱਚ ਮੁੜ ਕੇ 2 ਮਿੰਟ ਦੇ ਵਿੱਚ ਕਰਕੇ। ਤੇ ਇਹੀ ਪੜ੍ਹਨ ਦਾ ਫਾਇਦਾ ਵਾ ਕਿ ਵੀਰ ਜੀ ਨੇ 10 ਸਵਾਲ ਸਿਰਫ 1-2 ਮਿੰਟ ਦੇ ਵਿੱਚ ਕੀਤੇ ਨੇ, ਤੇ ਕਿੰਨੀ ਸਟੱਡੀ ਵਧੀਆ ਹੋ ਗਈ ਜਿਹੜੀ ਇਹਨਾਂ ਨੂੰ ਜਲਦੀ ਜਲਦੀ ਕਰਕੇ ਵੀ ਅੱਜ ਪਾਸ ਹੋ ਗਏ ਨੇ ਉਹ, ਤੇ ਕੱਲ ਪਰਸੋਂ ਤੱਕ ਇਹਨਾਂ ਦੇ ਜਿਹੜੇ ਗੁਈ ਦੇ ਸ਼ੁਰੂ ਹੋ ਜਾਣੇ ਨੇ, ਤੇ ਰੱਬ ਦੀ ਮਿਹਰ ਦੇ ਨਾਲ ਜਲਦੀ ਜਲਦੀ ਇਹਨਾਂ ਕੋਲ ਲਾਇਸੈਂਸ ਹੋਣਾ ਵਾ, ਤੇ ਉਸ ਤੋਂ ਬਾਅਦ ਲਾਇਸੈਂਸ ਲੈਣ ਤੋਂ ਬਾਅਦ ਗੱਡੀ ਲੈ ਲੈਣੀ ਨੇ, ਤੇ ਇਹਨਾਂ ਦੀ ਫੈਮਿਲੀ ਵੀ ਜਿਹੜੀ ਇੰਡੀਆ ਤੋਂ ਆ ਰਹੀ ਆ, ਤੇ ਵਧੀਆ ਸ਼ੁਰੂਆਤ ਹੋ ਚੁੱਕੀ ਹੈ ਇਹਨਾਂ ਦੀ ਲਾਈਫ ਦੀ, ਅੱਗੇ ਜਿਹੜਾ ਆਉਣ ਵਾਲਾ ਫਿਊਚਰ ਆ, ਕਿਉਂਕਿ ਬੀ ਲਾਇਸੈਂਸ ਇੱਕ ਐਸੀ ਚੀਜ਼ ਆ ਕਿ ਜਿਹਦੇ ਨਾਲ ਬੰਦੇ ਨੂੰ ਜਿਹੜੀ ਆਪਣੀ ਲਾਈਫ ਆ ਯੂਰਪ ਦੇ ਵਿੱਚ ਇਟਲੀ ਦੇ ਵਿੱਚ ਕਾਫੀ ਜ਼ਿਆਦਾ ਵਧੀਆ ਹੋ ਜਾਂਦੀ ਆ। ਤੁਸੀਂ ਅੱਜ ਕਿਤੇ ਵੀ ਜਾਂਦੇ ਜੋ ਕਿਤੇ ਆਪਣੇ ਆਪ ਨੂੰ ਹੋਰ ਕੰਟਰੀ ਦੇ ਵਿੱਚ ਸੈਟਲ ਕਰਨਾ ਚਾਹੁੰਦੇ ਹੋ, ਤੇ ਤੁਸੀਂ ਇਹੀ ਲਾਇਸੈਂਸ ਦੇ ਨਾਲ ਯੂਰਪ ਦੇ ਵਿੱਚ ਕਿਤੇ ਵੀ ਕੋਈ ਵੀ ਗੱਡੀ ਚਲਾ ਸਕਦੇ ਜੋ, ਠੀਕ ਆ ਜੀ, 3.5 ਟਨ ਤੱਕ ਜਿਹੜਾ ਕੋਈ ਵੀ ਫਰਕ ਉਹਨਾਂ ਤੁਸੀਂ ਚਲਾ ਸਕਦੇ ਜੋ, ਓਕੇ ਜੀ। ਤੇ ਅਸੀਂ ਤੁਹਾਨੂੰ ਵੀ ਇਹੀ ਸਾਰੇ ਕਹਿੰਦੇ ਹਾਂ ਕਿ ਤੁਸੀਂ ਸਾਡੇ YouTube ਚੈਨਲ ਤੇ ਵੀ ਸਾਨੂੰ ਸਰਚ ਕਰ ਸਕਦੇ ਹੋ ਨੀਟਾ ਇਟਾਲੀਅਨ ਡਰਾਈਵਿੰਗ ਲਾਇਸੈਂਸ, ਤੇ Facebook ਤੇ ਸਾਡਾ ਪੇਜ ਆ ਨੀਟਾ ਡਰਾਈਵਿੰਗ ਲਾਇਸੈਂਸ ਤੇ ਤੁਸੀਂ ਜਾ ਕੇ ਤੇ ਸਾਡੇ ਕੰਟੈਕਟ ਨੰਬਰਸ ਲੈ ਸਕਦੇ ਜੋ, ਸਾਡੇ ਨਾਲ ਡਾਇਰੈਕਟ ਗੱਲ ਕਰ ਸਕਦੇ ਜੋ, ਜੇ ਤੁਹਾਨੂੰ ਕੋਈ ਵੈਸੇ ਮੁਸ਼ਕਲ ਆ ਰਹੀ ਹੈ ਕੋਈ ਤਾਂ ਉਹ ਵੀ ਤੁਸੀਂ ਸਾਡੇ ਕੋਲ ਉਸ ਚੀਜ਼ ਦਾ ਵੀ ਹੱਲ ਹੈਗਾ, ਸੋਲੂਸ਼ਨ ਹੈਗਾ ਸਾਰਾ। ਵੀ ਮਤਲਬ ਸਾਡਾ ਇਹੀ ਜਿਹੜਾ ਇਹ ਨਿਸ਼ਚਿਤ ਟਾਰਗੇਟ ਆ ਕਿ ਅਸੀਂ ਇਟਾਲੀਆ ਦੇ ਵਿੱਚ ਜਿੰਨੇ ਵੀ ਸਾਡੇ ਸੱਜਣ ਭਰਾ ਬਿਨਾ ਲਾਇਸੈਂਸ ਤੋਂ ਨੇ, ਵੀ ਉਹਨਾਂ ਨੂੰ ਅਸੀਂ ਜਿਹੜਾ ਲਾਇਸੈਂਸ ਦੀ ਜਿਹੜੀ ਅਸੀਂ ਸਾਡੇ ਵੱਲੋਂ ਸਹੂਲਤ ਦਿੱਤੀ ਜਾ ਰਹੀ ਆ, ਕੋਈ ਵੀ ਵਾਂਝਾ ਨਾ ਰਹਿ ਜਾਵੇ। ਤੇ ਇਹ 2-4 ਗੱਲਾਂ ਕਰਦੇ ਹੋਏ ਅਸੀਂ ਭਾਜੀ ਉਹਨਾਂ ਨੂੰ ਵਧਾਈ ਦਿੰਦੇ ਆ ਕਿ ਅੱਜ ਪਾਸ ਹੋਏ ਆ, ਵਧਾਈਆਂ, ਧੰਨਵਾਦ ਤੇ ਵੀਰ ਜੀ ਦਾ, ਨੀਟੇ ਵੀਰ ਜੀ ਦਾ, ਜਿਨ੍ਹਾਂ ਨੇ ਬਹੁਤ ਵਧੀਆ ਤਰੀਕੇ ਨਾਲ ਪੜਾਇਆ, ਜੋ ਅੱਜ ਅਸੀਂ ਲਾਇਸੈਂਸ ਪਾਸ ਲਾਇਸੈਂਸ ਪਾਸ ਕੀਤੇ, ਆਹ ਫਾਈਲ ਇਹਨਾਂ ਦੀ, ਹਾਂਜੀ ਭਾਜੀ ਉਹਨਾਂ ਦੀ ਫਾਈਲ ਆ। ਸਾਨੂੰ ਤੇ ਅੱਜ ਪਤਾ ਵੀ ਸੀ, ਭਾਜੀਆਂ ਦੇ ਅਚਾਨਕ ਮੇਰੇ ਕੋਲ ਆਏ ਤੇ ਕਹਿੰਦੇ ਵੀ ਵੀਰ ਜੀ ਵਧਾਈ ਹੋਵੇ ਤੇ ਅੱਜ ਮੈਂ ਪਾਸ ਹੋ ਗਿਆ, ਤੇ ਮੈਨੂੰ ਸਵੇਰੇ ਕੱਲ ਦੱਸਿਆ ਸੀਗਾ ਇਹਨਾਂ ਕਿ ਮੇਰਾ ਟੈਸਟ ਆ, ਪਰ ਮੇਰੇ ਦਿਮਾਗ 'ਚ ਨਹੀਂ ਸੀ ਹੈਗਾ, ਪਰ ਬਹੁਤ ਹੀ ਵਧੀਆ ਆ। ਤੇ ਤੁਸੀਂ ਵੀ ਸਾਰੇ ਸਾਡੇ ਨਾਲ ਜੁੜੋ, ਸਾਡੇ ਇੰਸਟਾਗ੍ਰਾਮ ਦੇ ਨਾਲ ਜੁੜੋ, ਪੇਜ ਦੇ ਨਾਲ ਫੇਸਬੁੱਕ ਤੇ ਜੁੜੋ, ਸਾਡੇ ਯੂਟਿਊਬ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰੋ ਸਾਰੇ ਜਾਣੇ, ਤੇ ਉਹਦਾ ਲਾਹਾ ਲਓ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਤੇ ਨਾਲ ਅਸੀਂ ਇੱਕ ਹੋਰ ਚੀਜ਼ ਦੱਸਣਾ ਚਾਹੁੰਦੇ ਹਾਂ ਕਿ ਜਿਹੜੀ ਅਸੀਂ ਨਵੀਂ ਚੀਜ਼ ਨਾਲ ਜੋੜੀ ਆਪਣੇ ਨੀਟਾ ਐਂਡ ਬ੍ਰਦਰਸ ਟਰੈਵਲ ਏਜੰਸੀ, ਤੇ ਜਿੱਥੇ ਵੀ ਤੁਸੀਂ ਬੈਠੇ ਹੋ ਸਾਨੂੰ ਕਾਲ ਕਰਕੇ ਸਾਡੇ ਕੰਟੈਕਟ ਨੰਬਰ ਤੇ ਤੁਸੀਂ ਟਿਕਟ ਬਾਰੇ ਕਿਸੇ ਵੀ ਕੋਈ ਵੀ ਜਾਣਕਾਰੀ ਲੈ ਸਕਦੇ ਜੋ, ਹੋਰ ਇਸ ਤੋਂ ਇਲਾਵਾ ਤੁਸੀਂ
ਆਪਣਾ ਕੋਈ ਵੀ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ ਕਿਸੇ ਵੀ ਕੰਟਰੀ ਦਾ, ਤੇ ਸਾਡੇ ਕੋਲ ਤੁਸੀਂ ਉਹਦੀ ਵੀ ਜਿਹੜੀ ਸਲਾਹ ਲੈ ਸਕਦੇ ਜੋ ਜਾਂ ਅਪਲਾਈ ਕਰ ਸਕਦੇ ਜੋ। ਤੇ ਸਾਡੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਤੇ ਆਉਣ ਵਾਲੇ ਨੈਕਸਟ ਸਟੂਡੈਂਟ ਦੇ ਨਾਲ ਅਸੀਂ ਤੁਹਾਨੂੰ ਫੇਰ ਮਿਲਾਵਾਂਗੇ। ਤਦ ਤੱਕ ਸਾਰਿਆਂ ਨੂੰ ਸਤਿ ਸ੍ਰੀ ਅਕਾਲ।